यार छोड़ा करें यार, छड़िया करो यार। जे अगर तुम सबसक्राइब कर दो थोड़ा कुछ जानता है, एवं अनसब्सक्राइब कर दिता। अस्सलाम वालेकुम, कैसे हैं आप? उम्मीद करता हूँ खैरियत से होंगे। यार आपने तो कमाल कर दिया, मेरे पहले ना सब्सक्राइबर थे 47, अब हो गए 46। यार मुझे समझ नहीं आता, मेरे साथ कोई हसद है यार? अभी 46 थे और 47 थे सॉरी। ओ यार ऐसे अनसब्सक्राइब किया जैसे मेरे 46 या 47 हजार होते हैं और मेरा एक कम करके 46,999 कर दिया। यार छोड़ा करें यार, बस किया करें, ये तरीका तो नहीं ना ठीक होता। अभी मेरे इतने हैं कहाँ जो अभी से अनसब्सक्राइब करना शुरू कर दिया लोगों ने। अभी तो मैं मेहनत कर रहा हूँ, छोड़ा करो यार। बड़ा अफसोस हुआ यार, मैंने देखा ना कि एक सब्सक्राइबर जो वो कम हो गया, बड़े अफसोस की बात है। मैं जो अगर आपके लिए मेहनत करता हूँ तो कम से कम करने दिया करें ना यार, दिल लगा के मेहनत करने दें ताकि मेरा भी शौक और हौसला बढ़े और मैं और भी आइंदा के लिए वीडियो बनाता रहूं। छड़िया करो यार, वीडियो बनावन दी करो खोल के। अगर जो तुम नहीं काम करन देना तो मैं छोड़ देना यूट्यूब यार। मैंने पता है मेरे मोबाइल का रिजल्ट इतना अच्छा नहीं, लेकिन यार फिर भी तावन किया करो, आखिर को वक्त है, वक्त लगना है मुड़ो। मैंने पता है अमीर बंदे हो, तुसी वीडियो बंदे हो, तुसी वीडियो देखदे हो, भला किन्ना दियां ओ जिन्ना दे कोल आईफोन हुंदे। तो असी लोकल जे बंदे, लोकल टेक्नो मोबाइल रखण वाले, असी इन्हां दी वीडियो बना के अपलोड करनी हुंदी। भाई साडे नाल तावन करता करो, एदां ना कीता करो, ज्याती करदे हो, एदां ज्याती ना कीती करो, सबसक्राइब कर लिया करो। केड़ा कुछ थोड़ा जांदा की मैनूं इह दे, जे अगर तुसी सबसक्राइब करदे हो थोड़ा कुछ जांदा है ते नहीं जांदा कुछ ते फिर करदे हो ना, वीडियो भी देख लिया करो। कोई लंबी भी नहीं असी बनाउंदे थोड़े लई, असी कहने के यार साडे सबसक्राइबर परेशान ना ਹੁਣ ਕਿ ਇੰਨੀ ਲੌਂਗ ਵੀਡੀਓ ਇਹਨੇ ਬਣਾਤੀ, ਹੁਣ ਅਸੀਂ ਕਿਉਂ ਇੰਨਾ ਬੋਰ ਹੋ ਗਏ। ਤਾਂ ਖੁਦਾਰਾ 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 ਐਵੇਂ ਨਾਲ ਅਨਸਬਸਕ੍ਰਾਈਬ ਕਰ ਦਿੱਤਾ ਕਰੋ, ਇੰਨਾ ਜ਼ਿਆਦਾ ਹਸਦ ਅੱਛਾ ਨਹੀਂ ਹੁੰਦਾ। ਮੇਰੇ ਕੋਈ ਇੱਥੇ 46,000 ਜਾਂ 47,000 ਸਬਸਕ੍ਰਾਈਬਰ ਨਹੀਂ ਜਿਹੜਾ ਤੁਸੀਂ ਉੱਥੋਂ ਇੱਕ ਕੰਮ ਕਰਕੇ, ਮੈਨੂੰ ਸਮਝ ਨਹੀਂ ਆਉਂਦਾ ਬੰਦੇ ਦਾ ਮੈਂ ਕਸੂਰ ਕੀ ਕੀਤਾ ਜਿਹਨੇ ਮੇਰਾ ਚੈਨਲ ਅਨਸਬਸਕ੍ਰਾਈਬ ਕਰਤਾ। ਅੱਗੇ ਪਹਿਲੇ ਪੋਜੀਸ਼ਨ ਸਹੀ ਨਹੀਂ ਜਾ ਰਹੀ ਚੈਨਲ ਦੀ, ਤਕਰੀਬਨ 58 ਵੀਡੀਓ ਅਪਲੋਡ ਹੋ ਚੁੱਕੀਆਂ ਨੇ ਜਾਂ ਇਹਨੂੰ ਮਿਲਾ ਕੇ 59 ਹੋ ਜਾਣੀਆਂ ਨੇ, 60 ਹੋ ਜਾਣ ਤੇ ਸਬਸਕ੍ਰਾਈਬਰ 47। ਪਹਿਲਾ ਵਾਹਦ ਮੈਂ ਯੂਟਿਊਬਰ ਹਾਂ ਜਿਹਨੇ ਵੀਡੀਓ ਜ਼ਿਆਦਾ ਹੋ ਗਈਆਂ ਨੇ, ਸਬਸਕ੍ਰਾਈਬਰ ਥੋੜੇ ਨੇ। ਉਹ ਬੰਦੇ ਤਾਂ 10-10, 15-15 ਵੀਡੀਓ ਅਪਲੋਡ ਕਰਕੇ 10-10 ਹਜ਼ਾਰ ਤੱਕ ਸਬਸਕ੍ਰਾਈਬਰ ਲੈ ਰਹੇ ਨੇ, 20-20 ਹਜ਼ਾਰ ਤੱਕ ਲੈ ਰਹੇ ਨੇ, 40-40 ਹਜ਼ਾਰ ਤੱਕ, 50-50 ਹਜ਼ਾਰ ਤੱਕ ਲੈ ਰਹੇ ਨੇ। ਕੀ ਯਾਰ ਛੱਡਿਆ ਕਰੋ ਯਾਰ, ਇੱਦਾਂ ਤਾਂ ਨਹੀਂ ਨਾ ਕੰਮ ਬਣਦਾ। ਠੀਕ ਹੈ ਹੁਣ ਨਾ ਜਿਹੜੀ ਮੈਂ ਕਹਿਤੀ, ਸ਼ਾਮ ਦਾ ਟਾਈਮ ਹੋਣ ਵਾਲਾ, ਰੂਹ ਦੀ ਗਜ਼ਾ ਆਪਣੀ ਪੂਰੀ ਕਰਨੇ, ਪਹਿਲੇ ਜਿਹੜੀ ਜਿਸਮ ਦੀ ਗਜ਼ਾ ਪੂਰੀ ਹੋ ਗਈ ਤੇ ਇੰਨਾ ਦਿਲ ਪਰੇਸ਼ਾਨ ਹੈ ਕਿ ਮੇਰਾ ਯੂਟਿਊਬ ਚੈਨਲ ਨਹੀਂ ਇੰਨਾ ਚੱਲ ਰਿਹਾ, ਫਿਰ ਉੱਤੋਂ ਤੁਸੀਂ ਅਨਸਬਸਕ੍ਰਾਈਬ ਵੀ ਕਰ ਰਹੇ ਜੇ, ਕਸੂਰ ਤੁਹਾਡਾ ਕੀ ਕੀਤਾ ਯਾਰ? ਛੱਡਿਆ ਕਰੋ ਯਾਰ, ਇੱਦਾਂ ਤਾਂ ਕੰਮ ਨਹੀਂ ਨਾ ਚੱਲੇਗਾ। ਤੇ ਅਗਰ ਤੁਸੀਂ ਨਹੀਂ ਤਾਵਨ ਕਰਨਾ ਤਾਂ ਫਿਰ ਮੈਂ ਯੂਟਿਊਬ ਵੈਸੇ ਹੀ ਛੱਡ ਦਿੰਦਾ, ਸਹੀ ਨਹੀਂ ਹੈ, ਯੂਟਿਊਬ ਛੱਡ ਦਿੰਦਾ ਫਿਰ ਤੁਸੀਂ ਸਹੀ, ਮਤਲਬ ਤੁਸੀਂ ਮੇਰੇ ਨਾਲ ਨਹੀਂ ਤਾਵਨ ਕਰਨਾ ਚਾਹੁੰਦੇ, ਮੈਂ ਵੀ ਮਾਯੂਸ ਹੋ ਜਾਵਾਂਗਾ ਔਰ ਯੂਟਿਊਬ ਛੱਡ ਦੇਵਾਂਗਾ, ਫਿਰ ਮੈਂ ਹੋਰ ਕੋਈ ਕੰਮ ਕਰ ਲਵਾਂਗਾ। ਠੀਕ ਹੈ ਨਾ, ਨਹੀਂ ਕਰਨਾ ਠੀਕ ਹੈ ਯਾਰ। ਮੈਨੂੰ ਪਤਾ ਤੁਹਾਨੂੰ ਇਹ ਇੱਦਾਂ ਦੇ ਲੋਕਲ ਮੋਬਾਈਲ ਦੇ ਵੀਡੀਓ ਜਿਹੜੀ ਹੈ ਕਿੱਥੇ ਅੱਛੀ ਲੱਗਣੀ, ਉਹ ਤਾਂ ਆਈਫੋਨ ਦੀ ਉਹ ਭਾਵੇਂ ਜਿੱਡੀ ਵੀ ਨਿਕੰਮੀ ਵੀਡੀਓ ਤੁਸੀਂ ਉਹ ਦੇਖ ਲੈਂਦੇ ਜੇ, ਕਿਉਂ ਕਿਹੜੀ ਵਜ੍ਹਾ ਤੋਂ ਦੇਖਦੇ, ਰਿਜ਼ਲਟ ਦੀ ਬਿਨਾਂ 'ਤੇ ਦੇਖਦੇ ਯਾਰ? ਕੀ ਹੈ ਜੇ, ਇਹ ਵੀ ਤਾਂ ਇੱਕ ਮੋਬਾਈਲ ਹੀ ਆ, ਆਹਿਸਤਾ ਪ੍ਰੋਸੈਸ, ਇੱਕ ਪ੍ਰੋਸੈਸ ਆ, ਉਹਦੇ 'ਚ ਗੁਜ਼ਰਨਾ ਪੈਣਾ, ਕੋਈ ਆਹਿਸਤਾ ਆਹਿਸਤਾ ਵਕਤ ਲੱਗੇਗਾ, ਕੋਈ ਪੈਸੇ ਬੰਦੇ ਕੋਲ ਆਉਣਗੇ, ਫਿਰ ਉਸ ਤੋਂ ਬਾਅਦ ਯੂਟਿਊਬ 'ਤੇ ਜਦੋਂ ਇਨਕਮ ਆਏਗੀ, ਫਿਰ ਉਸ ਤੋਂ ਬਾਅਦ ਅੱਛੇ ਅੱਛੇ ਮੋਬਾਈਲ ਵੀ ਲਵਾਂਗੇ, ਫਿਰ ਤੁਹਾਡੇ ਨਾਲ ਹੋਰ ਵੀ ਸ਼ੇਅਰਿੰਗ ਕਰਾਂਗੇ। ਬਸ ਕਰੋ ਯਾਰ, ਮੈਂ 57, 58, 59 ਜਾਂ 60 ਵੀਡੀਓ ਅਪਲੋਡ ਕਰ ਲਈ ਹੈ, ਤੁਹਾਡਾ ਨਹੀਂ ਤਾਵਨ 31 ਵੀ ਮੈਨੂੰ ਮਿਲਿਆ। ਛੱਡਿਆ ਕਰੋ ਯਾਰ, ਅਫਸੋਸ ਦੀ ਬਾਤ ਹੈ, ਅਫਸੋਸ, ਬਹੁਤ ਹੀ ਅਫਸੋਸ ਹੈ ਤੁਹਾਡੇ। ਹੋਰ ਤੁਸੀਂ ਹੁਣ ਮੇਰੇ ਨਾਲ ਮੇਰਾ ਹੋਰ ਕਰਨਾ ਕੀ ਮੈਨੂੰ ਇਹ ਦੱਸ। ਮੈਂ ਹੁਣ ਇੱਕ ਹੀ ਕੰਮ ਮੈਂ ਦਿਲ ਲੱਗੀ ਨਾਲ ਕਰਨਾ ਸ਼ੁਰੂ ਕੀਤਾ ਹੈ, ਮੈਂ ਕਿਹਾ ਕਿ ਮੈਂ ਯੂਟਿਊਬ 'ਤੇ ਨਾ ਦਿਲ ਲੱਗੀ ਦੇ ਨਾਲ ਕੰਮ ਕਰਨਾ। ਹੁਣ ਤੁਸੀਂ ਨਾ ਮੈਨੂੰ ਲੱਗਦਾ ਇਹ ਵੀ ਮੇਰੇ ਕੋਲ ਛੁਡਵਾਉਣ ਲੱਗੇ ਜੇ, ਕਿਉਂਕਿ ਤੁਸੀਂ ਮੇਰੇ ਨਾਲ ਤਾਵਨ ਨਹੀਂ ਕਰ ਰਹੇ ਜੇ, ਤਾਂ ਮੈਂ ਇਹ ਵੀ ਛੱਡ, ਜੋ ਮੇਰੀ ਪੋਜੀਸ਼ਨ ਨਜ਼ਰ ਆ ਰਹੀ। ਲੇਕਿਨ ਹੋ ਸਕਦਾ ਕਿ ਸ਼ਾਇਦ ਮੈਂ ਹਿੰਮਤ ਨਾ ਹਾਰਾਂ, ਹਿੰਮਤ ਇਨਸਾਨ ਕਰਦਾ ਰਹੇ ਤਾਂ ਕਦੇ ਸ਼ਿਕਸਤ ਨਹੀਂ ਖਾਂਦਾ, ਅੱਲਾਹ ਤਾਲਾ ਉਹਦੀ ਜ਼ਰੂਰ ਮਦਦ ਕਰਦਾ। ਦੇਖੋ ਮਦਦ ਲੈ ਕੇ ਚੱਲਿਆ ਤਾਂ ਮੈਂ ਇਨਸ਼ਾਅੱਲਾ ਕਾਮਯਾਬ ਲਾਜ਼ਮੀ ਹੋਣਾ, ਤੁਸੀਂ ਕਰੋ ਜਾਂ ਨਾ ਕਰੋ ਤਾਵਨ, ਨਿੱਜ ਨਾ ਕਰ, ਮੈਂ ਇਨਸ਼ਾਅੱਲਾ ਹੋਣਾ। ਆਈਫੋਨ 15 ਪ੍ਰੋ ਮੈਕਸ ਦੀਆਂ ਵੀਡੀਓ ਦੇਖਦੇ ਜੇ, ਉਹ ਤੁਸੀਂ ਤੇ ਉਹਦੀਆਂ ਤਸਵੀਰਾਂ ਵੇਖ ਕੇ ਉਹਦੀ ਵੀਡੀਓ ਤੇ ਟਿੱਕ ਜਾਂਦੇ ਜੇ, ਭਾਵੇਂ ਜਿੱਡੀ ਵੀ ਗੰਦੀ ਨਿਕੰਮੀ ਵੀਡੀਓ ਆ ਜਾਏ, ਠੀਕ ਹੈ ਨਾ? ਤੇ ਤੁਸੀਂ ਮੇਰੇ ਮੋਬਾਈਲ ਦੀ ਲੋਕਲ ਜੀ ਕਿੱਥੇ ਵੀਡੀਓ, ਠੀਕ ਹੈ ਯਾਰ? ਅਸੀਂ ਤੁਹਾਡਾ ਕੋਈ ਕਸੂਰ ਕੀਤਾ ਤੇ ਭਈ ਅਸੀਂ ਉਹਦੀ ਮਾਜ਼ਰਤ ਕਰਨੇ, ਤੇ ਭਈ ਤੁਸੀਂ ਕਰਦਿਆ ਕਰੋ ਸਬਸਕ੍ਰਾਈਬ, ਕੋਈ ਤੁਹਾਡਾ ਕੁਛ ਵੀ ਜਾਂਦਾ ਇੱਧਰ, ਕਿਉਂਕਿ ਆਹ ਦੇਖੋ ਨਾ ਗਿਆ, ਆਹ ਕੁੱਤਾ ਵੀ ਇੱਧਰ ਖੜਾ ਵਾ, ਐਵੇਂ ਪਤਾ ਨਹੀਂ ਇਹਨੂੰ ਕੀ ਮਸਲਾ, ਕਿਉਂ ਮੇਰੇ ਕੋਲ ਇੰਨੀ ਦੇਰ ਤੱਕ ਖੜਾ ਵਾ, ਪਤਾ ਨਹੀਂ ਕੀ ਹੋਇਆ ਵਾ, ਇੱਥੇ ਹੀ ਖੜਾ ਵਾ, ਇਹ ਹੈ ਵੀ ਹਲਕਾ ਕੁੱਤਾ, ਇਹ ਪੈ ਵੀ ਜਾਂਦਾ। ਇਹ ਵੇਖੋ ਕਿੱਦਾਂ ਘੂਰ ਘੂਰ ਕੇ ਦੇਖ ਰਿਹਾ, ਇਹ ਦੇਖ ਇੱਧਰੋਂ, ਇਹ ਵੇ, ਇਹ ਪਿੱਛੇ ਪਿੱਛੇ ਹਟ ਰਿਹਾ। ਹੁਣ ਨਾ ਸਬਸਕ੍ਰਾਈਬ ਕਰ ਦਿਆ ਜੇ, ਤੁਹਾਡੇ ਅੱਗੇ ਬੇਨਤੀ ਆ, ਬੇਨਤੀ, ਠੀਕ ਆ? ਚੰਗਾ, ਹੁਣ ਮੈਂ ਅੱਗੇ ਵੀ ਕਿਹਾ ਫਿਰ ਕਹਿ ਰਿਹਾ, ਹੁਣ ਟਾਈਮ ਥੋੜ੍ਹਾ ਰਹਿ ਗਿਆ ਵਾ, ਫਿਰ ਰੂਹ ਦੀ ਗਜ਼ਾ ਪੂਰੀ ਵੀ ਕਰਨੀ ਆ। ਰੂਹ ਦੀ ਗਜ਼ਾ ਪਤਾ ਕੀ ਆ? ਨਮਾਜ਼।
ਉਹ ਪੜ੍ਹਨੀ ਆ। ਤੁਸੀਂ ਵੀ ਪੜ੍ਹਿਆ ਕਰੋ, ਪਾਬੰਦੀ ਦੇ ਨਾਲ ਪੜ੍ਹਿਆ ਕਰੋ। ਤੁਹਾਡੀ ਤੇ ਸਾਡੀ ਕਾਮਯਾਬੀ ਦਾ ਰਾਜ਼ ਇੱਕ ਹੀ ਆ, ਕੀ ਆ? ਨਮਾਜ਼। ਹੋਰ ਕੀ ਆ? ਮਾਂ ਬਾਪ ਦੀ ਖਿਦਮਤ, ਉਹ ਵੀ ਕੀਤੀ ਕਰੋ, ਅੱਲਾਹ ਨੂੰ ਰਾਜ਼ੀ ਕਰ ਲਓ, ਸੌਖੇ ਹੋ ਜਾਵੋਗੇ ਅੱਗੇ। ਅੱਗੇ ਥੱਬਿਆਂ ਨਾਲ ਪ੍ਰੈਸ਼ਰ ਹੁੰਦਾ ਹੈ, ਤੁਸੀਂ ਤੇ ਪ੍ਰੈਸ਼ਰ ਮੇਰਾ ਲਾ ਦਿੱਤਾ ਕਰੋ, ਤੁਸੀਂ ਤੇ ਕੰਮ ਅਜ਼ ਕੰਮ ਤਾਵਨ ਕੀਤਾ ਕਰੋ। ਪਹਿਲੇ ਪਤਾ ਨਹੀਂ ਇੰਨਾ ਪਰੇਸ਼ਾਨ ਹੋਈਦਾ ਕੰਮ ਦੇ ਮੁਤਲਕ, ਫਿਰ ਕੰਮ ਕਦੋਂ ਚੱਲੇਗਾ, ਕੰਮ ਕਦੋਂ ਚੱਲੇਗਾ? ਜੇ ਤੁਸੀਂ ਨਹੀਂ ਤਾਵਨ ਕਰਨਾ ਯਾਰ, ਠੀਕ ਹੈ ਯਾਰ, ਮੈਂ ਵੀ ਵੀਡੀਓ ਕੋਈ ਚੰਗੀ ਚੁੰਗੀ ਬਣਾਉਣੀ, ਐਵੇਂ ਹਰ ਟਾਈਮ ਪ੍ਰੈਸ਼ਰ ਥੱਲੇ ਹੀ ਰਹਿਣਾ ਕਿ ਮੇਰੀ ਵੀਡੀਓ ਨਾ ਕੋਈ ਬੁਰੀ ਬਣ ਜਾਏ, ਬੁਰੀ ਨਾ ਬਣ ਜਾਏ, ਹਰ ਸ਼ਾਟ ਦਾ ਇੰਨਾ ਖਿਆਲ ਰੱਖਣਾ ਪੈਂਦਾ। ਤੁਸੀਂ ਬਈ ਤਾਵਨ ਹੀ ਨਹੀਂ ਕਰ ਰਹੇ, ਅਸੀਂ ਵੀ ਫਿਰ ਅਸੀਂ ਤਾਵਨ ਕੋਈ ਨਹੀਂ ਕਰਨਾ, ਅਸੀਂ ਵੀ ਕੋਈ ਚੰਗੀ ਵੀਡੀਓ ਕੋਈ ਨਹੀਂ ਬਣਾਉਣਾ, ਅਸੀਂ ਵੀ ਐਵੇਂ ਵਾਹਵੀਂ ਜੀ ਬਣਾ ਦੇਵਾਂਗੇ। ਸ਼ਾਮ ਦਾ ਟਾਈਮ ਹੋਣ ਵਾਲਾ, ਮੈਂ ਇੰਨੀ ਬਸ ਕਹਿਣੀ ਸੀ।